दोस्तों इस वीडियो को पूरा देखने के बाद अगर वीडियो अच्छा लगे तो लाइक और कमेंट जरूर करें, और अगर आप इस चैनल के सब्सक्राइबर नहीं हैं और आगे भी ऐसे ही वीडियोस देखना चाहते हैं तो चैनल को सब्सक्राइब कर बेल आइकन को जरूर से प्रेस करें। पॉलिटिकल मैटर पढ़ी होगी मैं पॉलिटिकल मैटर लिखते भी परचा सबूत खिलाफ आने बंद आएंगे तो इन्हों की रेस्ट पा के चलान पेश करा, नहीं तो इन कैंसल कर देंगे। कोई गलत लिखा दसो। बाकी जो कह रहे ना कि एस एच ओ पावर नहीं, इनकुआरी अफसर पुलिस रूल में पढ़ो, जिन्या पावर एस 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 एच ओ उन्निया पावर एस एस पी होंगे। चौबी घंटे इनकुआरी तो मैं ता करा जो खिलाफ लाडी के खिलाफ तो पहला ही चल रहा वो स्टंट ऑपरेशन वीडियो नबी पग बनी चिट्टा कमीज पजामा पाया 5 लाख 10 लाख मंग रहा मैं वीडियो वायरल हुई आ मैं की वेरीफाई करा दसो। वीडियो तो पहला ही वायरल हुई है भाजी, कदों की हुई है तुहाडे चैनल चलन रही है। मोहन सिंह ने एप्लीकेशन दी, मोहन सिंह मैं की करता। एक पुलिस रूल यह भी कहता कि जो एप्लीकेशन या मदई आना जरूरी नहीं होंगे, कोई फोन आता कोई तलाह मिलती है उत्थे एफ आई आर लॉज करनी बनती है, इनवैसटीगेट करो जे वो कैंसल जे नहीं ठीक तो कैंसल कर दो। दिल्ली पुलिस हरियाणा पुलिस की करती है, फोनों से एफ आई आर लॉज करती है। ये तो गल्लां ने भी ओ जी ਤੁਸੀਂ ਮੌਕੇ 'ਤੇ ਜਾਓ ਵੈਰੀਫਾਈ ਕਰੋ, ਮੌਕੇ 'ਤੇ ਜਾਓ। ਮੈਂ ਸੱਚ ਓ ਸ਼ਾਹਕੋਟ ਰਿਹਾ, ਮੈਨੂੰ ਲਾਡੀ ਦੇ ਖਿਲਾਫ ਕਿਹੜੇ ਕਿਹੜੇ ਪ੍ਰੂਫ ਨਹੀਂ ਪਤਾ। ਮੈਂ ਬੋਲਿਆ ਨਹੀਂ, ਮੈਂ ਬਦਲੀ ਕਰਾਈ, ਮੈਂ ਐਸ ਐਸ ਪੀ ਨੂੰ ਕਿਹਾ ਮੈਂ ਇਸ ਇਨਸਾਨ ਦੇ ਨਾਲ ਨਹੀਂ ਰਹਿ ਸਕਦਾ, ਮੈਂ ਪੋਲੀਟੀਕਲ ਪ੍ਰੈਸ਼ਰ ਇਸਦੇ, ਮੈਂ ਇਹ ਜਿੱਦਾਂ ਦੀਆਂ ਗੱਲਾਂ ਕਰਦਾ ਮੈਂ ਨਹੀਂ ਰਹਿ ਸਕਦਾ। ਚੇਂਜ ਵੀ ਇੰਚਾਰਜ ਯੂ ਵਿੰਗ ਇੰਚਾਰਜ ਨਾਲ ਪ੍ਰੋਟੈਕਟ ਕਰ ਮੈਂ ਲੱਗਾ। ਮੇਰੀਆਂ ਰਿਕਵਰੀਜ਼ ਦੇਖੋ, ਸ਼ਾਹਕੋਟ ਐਸ ਐਚ ਓ ਦੀਆਂ ਰਿਕਵਰੀਆਂ ਦੇਖੋ, ਬਾਕੀ ਜਲੰਧਰ ਪੁਲਿਸ ਦੀਆਂ ਰਿਕਵਰੀਆਂ ਦੇਖੋ, ਪੰਜਾਬ ਪੁਲਿਸ ਦੀਆਂ ਰਿਕਵਰੀਆਂ ਦੇਖੋ। 3 ਟਰੱਕ ਡੋਡਿਆਂ ਦੇ ਕਿੰਨੇ ਫੜੇ? 60 ਬੋਰੀਆਂ, 50 ਬੋਰੀਆਂ, 25 ਬੋਰੀਆਂ ਮੈਂ ਫੜੇ। ਸਮਗਲਰ ਜਿਹੜੇ ਅੰਦਰ ਗਏ ਮੈਂ ਭੇਜੇ, ਉਹ ਕਹਿੰਦੇ ਬਾਜਵੇ ਨੂੰ ਨਹੀਂ ਮਾਰਨਾ, ਬਾਜਵੇ ਦੇ ਨਿਆਣੇ ਮਾਰਨੇ, ਅਤੇ ਮੇਰੀ ਪ੍ਰੋਟੈਕਸ਼ਨ ਸਿਕਿਉਰਿਟੀ ਕਿੱਥੇ ਆ ਹੁਣ ਦੱਸੋ? ਮੇਰੀ ਤਾਂ ਗਨਮੈਨ ਵਾਪਸ ਲੈ ਲਏ, ਮੇਰੀ ਸਿਕਿਉਰਿਟੀ ਵਾਪਸ ਲੈ ਲਈ ਕੀ ਸਾਡੀ? ਜਦੋਂ ਮੇਰੇ ਬੌਸ ਦੇ ਪ੍ਰੈਸ਼ਰ ਇਹ ਪੈ ਗਿਆ ਸੀਗਾ ਕਿ ਤੂੰ ਇਹ ਕੀ ਕਰਤਾ ਵਾਏ ਵਾਈ ਯੂ ਰਜਿਸਟਰ ਦਾ ਕੇਸ, ਮੈਂ ਕਿਹਾ ਜੀ ਮੈਂ ਜੋ ਕੀਤਾ ਸਹੀ ਕੀਤਾ, ਮੈਨੂੰ ਕੈਂਸਲ ਕਰ ਦਿਉ ਤੁਸੀਂ। ਮੈਂ ਐਫ ਆਈ ਆਰ ਲੌਜ ਕੀਤੀ ਆ, ਡੀ ਐਸ ਪੀ ਐਸ ਪੀ ਬੈਠੇ ਆ, ਬਲਕਾਰ ਸਿੰਘ ਡੀ ਐਸ ਪੀ ਦਿਲਬਾਗ ਸਿੰਘ ਬੈਠੇ ਆ, ਇਹਨਾਂ ਨੂੰ ਕਹੋ ਕੈਂਸਲ ਕਰ ਦਾਂ। ਕਹਿੰਦੇ ਜੀ ਤੂੰ ਮੇਰਾ ਭਵਿੱਖ ਚੇਂਜ ਕਰਤਾ, ਮੇਰੀ ਪ੍ਰਮੋਸ਼ਨ ਰੋਕਤੀ, ਮੇਰਾ ਟੇਕ ਮਾਈ ਰਿਜ਼ਾਈਨ ਦਿੱਤਾ। ਰਿਜ਼ਾਈਨ ਦੇ ਕੇ ਮੈਂ ਪੜ੍ਹਿਆ ਹੋਣਾ ਤੁਸੀਂ ਮੀਡੀਆ ਨੇ ਸਾਰੇ ਨੇ, ਮੈਂ ਰਿਜ਼ਾਈਨ ਦਿੱਤਾ। ਰਿਜ਼ਾਈਨ ਤੋਂ ਬਾਅਦ ਮੈਨੂੰ ਸੱਦਿਆ ਗਿਆ ਕਿ ਨਹੀਂ ਤੂੰ ਇਹ ਗਲਤ ਕੀਤਾ। ਬਲਕਾਰ ਸਿੰਘ ਐਸ ਪੀ ਸਾਹਿਬ ਮੀਡੀਏਟਰ ਬਣੇ ਵਿੱਚ, ਮੈਂ ਉਹਨਾਂ ਨੂੰ ਗੁਰੂ ਮੰਨਦਾ, ਹੁਣ ਵੀ ਮੰਨਦਾ। ਮੈਂ ਰਿਜ਼ਾਈਨ ਦੇ ਕੇ ਮੈਨੂੰ ਸੱਦਿਆ, ਨਹੀਂ 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 ਤੂੰ ਇਹ ਨਹੀਂ ਕੀਤਾ, ਤੂੰ ਗਲਤ ਕੀਤਾ, ਤੂੰ ਲੈ ਕੇ ਮੈਂ ਮੇਰਾ ਪੀ ਪੀ ਰਹੀ ਸੀ, ਮੈਂ ਠੀਕ ਨਹੀਂ ਸੀ, ਮੈਂ ਬਿਲਕੁਲ ਦੁਬਾਰਾ ਮੇਰਾ ਉਹ ਲਿਖਾ ਲਿਆ ਗਿਆ ਕਿ ਮੈਨੂੰ ਛੁੱਟੀ ਦਿੱਤੀ ਜਾਵੇ 2 ਦਿਨ। ਮੈਂ ਛੁੱਟੀ ਲੈ ਲਈ, ਹੁਣ ਮੈਂ 5 ਦਿਨ ਦੀ ਛੁੱਟੀ ਮੇਰੇ ਕੋਲ ਦੁਬਾਰਾ ਲਈ ਗਈ। ਕੱਲ੍ਹ ਜਿਹੜਾ ਜੋ ਮੇਰੇ ਕੋਲ ਲਿਖਾਇਆ ਗਿਆ, ਫਿਰ ਸੁਖਪਾਲ ਖਹਿਰਾ ਨੇ ਹਾਈ ਕੋਰਟ ਦੇ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਪ੍ਰਣਾਲੀ ਦਿੱਤੀ ਸੀ ਐਸ ਐਸ ਪੀ ਚੇਂਜ ਕੀਤਾ ਜਾਵੇ, ਅਤੇ ਉਹ ਬਾਜਵੇ 'ਤੇ ਪ੍ਰੈਸ਼ਰ ਪਾ ਰਿਹਾ। ਮੈਂ ਉਹਦੇ ਆਧਾਰ 'ਤੇ ਮੈਨੂੰ ਬੁਲਾਇਆ ਗਿਆ ਕੱਲ੍ਹ, ਇੱਕ ਹਰਜੀਤ ਬਰਾੜ ਰਿਟਾਇਰਡ ਐਸ ਪੀ, ਉਹਨਾਂ ਨੂੰ ਵਿੱਚ ਪਾਇਆ ਗਿਆ ਮੇਰਾ ਇਹੋ ਆ, ਉਹਨੂੰ ਵਿੱਚ ਪਾ ਕੇ ਵਿਚੋਲਾ ਪਾ ਕੇ ਮੈਨੂੰ ਲਗਾਏ ਗਏ ਉੱਥੇ ਜੀ ਤੂੰ ਆਹ ਕੀ ਕਰਤਾ। ਅਤੇ ਮੇਰੇ ਕੋਲ ਲਿਖਾਇਆ ਗਿਆ ਕਿ ਮੈਂ ਬਸ ਮੈਂ ਕਾਹਲੀ ਦੇ ਵਿੱਚ ਅਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਮੈਂ ਜਿਹੜੀ ਛੁੱਟੀ ਆ ਉਹ ਮੈਂ ਲਿਖੀ, ਮੈਂ ਵੀ ਫਲਾਨਾ ਆ ਜੋ, ਅਤੇ ਮੇਰੇ ਮੈਂ ਉਹ ਰਿਟਨ 'ਚ ਦਿੱਤਾ ਸਾਰਾ ਰਿਟਨ 'ਚ। ਅਤੇ ਮੈਨੂੰ ਸ਼੍ਰੀ ਨੌਨਿਹਾਲ ਸਿੰਘ ਆਈ ਜੀ ਸਾਹਿਬ ਨੇ ਪੀ ਏ ਪੀ ਉਹਦੇ ਵਿੱਚ ਬੁਲਾਇਆ, ਜਿਹੜੇ ਕਹਿ ਰਹੇ ਕਿ ਮੈਨੂੰ ਐਸ ਐਚ ਓ ਮਿਲਿਆ ਹੀ ਨਹੀਂ ਹਾਲੇ ਤੱਕ। ਕੱਲ੍ਹ ਉੱਥੇ ਉਹ ਐਸ ਐਸ ਪੀ ਸਾਡੇ ਕਪੂਰਥਲੇ ਰਹੇ ਨੇ, ਸ਼੍ਰੀਮਾਨ ਆਈ ਪੀ ਐਸ ਇੰਦਰਵੀਰ ਵਾਸ ਗਿਰ, ਈ ਵਾਸ ਆਲਸੋ ਗਿਰ, ਤੋਂ ਉਹਨੇ ਵੀ ਕਿਹਾ ਗ੍ਰੇਟ ਪੁਲਿਸ ਔਫਿਸਰ ਹੈ ਜੋ ਫਲਾਨਾ। ਅਤੇ ਮੈਂ ਉੱਥੇ ਮੈਨੂੰ ਕਹਿੰਦੇ ਵੀ ਯਾਰ ਤੂੰ ਜੋ ਹੁਣ ਲਿਖ ਕੇ ਦੇ ਰਿਹਾ ਠੀਕ, ਮੈਂ ਜੀ ਮੈਂ ਠੀਕ ਹੈ,
मैं अपने बॉस के खिलाफ नहीं जाना चाहता नो कई नो ही इज अंडर प्रेशर दबा दे हेठियाँ पोलिटिकल तुम मेरे सारे वीर हो जी भी सरकार आती है वो एक मेन महकमा पंजाब पुलिस वरतती है भावें बादल सरकार होवें कैप्टन सरकार होवें आम आदमी हो पुलिस के कोल जो पावर होंगे वो किसी को सिविल प्रशासन को नहीं होंगे किनू कि करना पुलिस ही करती है ना श्री प्रीतम सिंह बाजवा धेड़ू गोलीकांड एक्सपायर हुए थे इंस्पैक्टर पहले पुलिस अफसर उन्होंने मेरे पापा जो उन्होंने अंडर से मैं 86 कैनेडा चल गया सीगा उन्होंने इनकरेज किया मेरी माँ 92 भी तू तिने पुत बाहर लै गई एक पिछे लिया परमिंदर बाजवा पिछे आया सी भर्ती हुआ मैनू फिर मैनू मेरा जस्टिस नहीं मिलया घरों मैं मूँह नहीं कहना चाहता यू कैन वेरीफाई मैं मी रहा करो मेरी फैमिली कैनेडा मेरे को 40-50 लाख दियाँ तो गड्डिया ही हैं कपूरथला बाजवा मार्की कोर्ट कंपलैक्स कपूरथला के सामने जिनी जमीन मेरी साइंस सिटी के सामने जिनी जमीन मेरी खानदानी जमीन आ जे कहते ना नीले स्टारा च रहा काले पीले आ पांच स्टारा च रहा तो मैं मेरे लिए कोई वड्डी प्रॉब्लम नहीं जैसे मैं नौकरी कर रहा शौकरी कर रहा मैं जिन्ने क गैंगस्टर फड़े आ जिन्ने क मैं ड्रग पेडल फड़े आ पंजाब पुलिस दी रिकवरियां घटा लो पिछले 10 साल दियाँ जे मेरे छाती से मैडल लगे आ TGP डिस्को लगियाँ मेरे डिस्कां लगियाँ तो क्यों लगियाँ दावा करते कि जो है गुरदेव कौर वर्सेस स्टेट ऑफ पंजाब बाकी मैं गल कहनी चाहना कैप्टन अमरिंदर जी जाखड़ जी ये कह रहे भी मैं एक रखी आ की कैप्टन अमरिंदर ने रखी रूसा आलम जिहड़ी रखी आ उन्हों डिप्टी CM दे हाउस दे विच उहदा स्टे आ रात नूं उत्थे पैग चलदे आ भी वीडियो वायरल हुई है तुहाडे को मीडिया को राणा सोढी जी कहण डिआ मुजरे दिखा रहा कैप्टन नूं उत्थों लखनऊ तों लिया लिया के कुड़ियां दे रहा राणा गुरजीत कुड़ियां पेश कर रहा आ की कर रहा दूजा तुहाडा जिहड़ा लाडी शेरोवाली आ मेरा रिश्तेदार है लाडी शेरोवाली आ मेरे सके फुफड़ जी लाडी शेरोवाली दी माँ है मेरे सके फुफड़ दी चाचे दी कुड़ी है उन्हें नहीं ये गल्लां तैनूं दसनियां मैं दस रहा तैनूं बट आई डोंट सिस्टम नहीं सही चल रहा इंडिया का हम कम हो गए कामयाब हम नहीं हो गए कामयाब सीएम साहब ने रिस्पॉन्स करके क्या आज की मेरे बारे जो बयान सुखपाल खेरा तेन दे रहा की दे रहा कि मैं चंगे खानदान का मुंडा पुलिस अफसर हाँ वो भी एक पुलिस अफसर का पुत है सुखजिंदर सिंह DSP सी जिहड़ा खजाना मंत्री रहा भी CM साहब बेचारा सुता रहिंदा CM साहब नूं जिहड़ियां थल्लों उंगलां जांदियां जा रही ने मेरिया कॉल डिटेल कढ़ाओ ठीक है मैनू चीमा साहब बुला रहे ने मैनू 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 पवन टी नूं बुला रहे ने मैनू बीबी जगीरवाल बुला रही है भी आ जा साडे कोल उत्थे पहुँच अकाली दल दे ऑफिस तैनू खैरा मैनू चंडीगढ़ सद रहा मैं इत्थे बैठा मैं नहीं जाना चाहता कि नो वाई मैं पॉलिटिशियन सारे गंदे होंगे पवन टीनू जी को मैं SHO रहा 3 साल हाई कोर्ट मैटर से करंट पई सी 307 की मेरी अपील मैटर सी पवन टीनू जी ने कहा कि बंदा नहीं फड़ना मैं बंदा नहीं फड़िया हाई कोर्ट को फेस करना पिया मैं पवन टीनू जी लत्त चक गए से उदों हाई कोर्ट के जज ने बराए नहीं करता कि SHO जान के ने दोषी नहीं अरैसट किया इज नॉट फिट फॉर अ पब्लिक डीलिंग पोस्ट मेरे को उदों भी लिखाया गया कि मैं अपनी मर्जी का बदली कराई है मैं ठीक नहीं आया जो फलाना ठीक है उस तो बाद मैं जवाब भी गया चीफ इलेक्शन कमीशन में
ਉਸ ਤੋਂ ਬਾਅਦ ਅਕਾਲੀਆਂ ਨੇ ਫਿਰ ਸ਼ਿਕਾਇਤਾਂ ਪਾਉਣੀਆਂ ਰੱਖੀਆਂ ਸ਼ੁਰੂ, ਵੀ ਬਾਜਵਾ ਲਓ, ਬਾਜਵਾ 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 ਸ਼ਾਹਕੋਟ 'ਚ ਲੱਗਣਾ ਚਾਹੀਦਾ। ਬੀਬੀ ਜਗੀਰ ਕੌਰ ਚੀਮੇ ਨੇ ਉਹਨੂੰ ਦੁਬਾਰਾ, ਜਦੋਂ ਉਹਨੇ ਦੁਬਾਰਾ ਪੈਨਲ ਮੰਗਿਆ SHO ਸ਼ਾਹਕੋਟ ਅਤੇ ਮਹਿਤਪੁਰ ਕਿਹੜਾ ਲਾਇਆ ਜਾਵੇ, ਮੇਰੇ ਗੁਰਪ੍ਰੀਤ ਸਿੰਘ ਭੁੱਲਰ ਜੀ ਨੇ ਮੇਰਾ ਨਾਮ ਵੇ ਵਿੱਚ ਭੇਜਿਆ ਗਿਆ, ਭਜਵਾਇਆ ਗਿਆ। ਪਤਾ ਨਹੀਂ ਕਹਿੰਦੇ IAS ਅਫਸਰ ਕਿਸੇ ਨੇ ਕਿਹਾ ਕਿਹਦਾ ਪਾ ਦੇ, ਚੀਫ ਇਲੈਕਸ਼ਨ ਅਫਸਰ ਨੇ ਮੈਨੂੰ ਵੇ ਲਾ ਤਾ ਮਹਿਤਪੁਰ, ਮੈਂ ਫਿਰ ਫਸ ਗਿਆ। ਜਿੱਦਣ ਮੈਂ ਜੁਆਇਨ ਕੀਤਾ ਉੱਦਣ ਹੀ ਉਹ ਕੰਪਲੇਂਟ ਸੋਹਣ ਦੇ ਗੱਲੋਂ ਆ ਗਈ ਵੀ ਚੀਫ ਇਲੈਕਸ਼ਨ ਬੋਰਡ ਲਾਗੂ ਆ। ਦਸ 11 ਵਜੇ ਮੇਰੇ ਮੁਨਸ਼ੀ ਨੇ ਮੇਰੇ ਬੁਢਾ ਕੀਤੀ, ਮੈਂ ਹਾਜ਼ਰੀ ਪਾਈ ਸੀ ਉੱਥੇ, ਥਾਣੇ ਜਾ ਕੇ ਮੈਨੂੰ ਕਿਹਾ ਸੀ ਅੱਜ ਹੀ ਜੁਆਇਨ ਕਰ। ਮੇਰੇ ਮੁਹਰੇ ਉਹ ਕੰਪਲੇਂਟ ਆਈ, ਮੈਂ ਪਹਿਲਾਂ ਬੋਸ ਨੂੰ ਫੋਨ ਕੀਤਾ ਛੱਡੋ ਉਹਨੇ ਕੀ ਕਿਹਾ, ਉਸ ਤੋਂ ਬਾਅਦ ਮੈਂ ਕਹਿੰਦੇ ਤੁਸੀਂ ਉਹਨਾਂ ਮਾਈਨਿੰਗ ਅਫਸਰ ਨਾਲ ਗੱਲ ਕਰੋ, ਤੁਸੀਂ SDM ਨਾਲ ਗੱਲ ਕਰੋ, ਤੁਸੀਂ ਉਹਨਾਂ ਕਰੋ। ਮਾਈਨਿੰਗ ਅਫਸਰ ਨਹੀਂ ਆਇਆ, SDM ਨਹੀਂ ਆਇਆ, ਤਹਿਸੀਲਦਾਰ ਨਹੀਂ ਆਇਆ, ਇੱਕ ਪਟਵਾਰੀ ਆ ਕੇ ਬਹਿ ਗਿਆ ਮੇਰੇ ਕੋਲ ਪਰਨਾ ਬੰਨ ਕੇ। ਪਟਵਾਰੀ ਸਾਹਿਬ ਇੱਕ ਗੁਰਵਿੰਦਰ ਸਿੰਘ ਇੱਕ ਅਡੀਸ਼ਨਲ SHO ਆ, ਉਹ ਸਾਰੀ ਗੱਲ ਦਾ ਗਵਾਹ ਆ, ਜਿਹੜਾ ਸਰਕਾਰੀ ਫੋਨ ਮੇਰੇ ਚੱਕ ਰਿਹਾ ਨਾ ਕਹਿ ਰਹੇ ਨਾ। ਮੈਂ ਕਿਹਾ ਪਟਵਾਰੀ ਸਾਹਿਬ ਮੈਂ ਤੁਹਾਡੇ ਕੋਲ ਕੀ ਲੈਣਾ ਆ, ਮੈਂ 24 ਘੰਟੇ 'ਚ ਇਹਦਾ ਜਵਾਬ ਦੇਣਾ, ਬੁੱਕ ਮੈਂ ਹੋਣਾ ਆ, ਕਿਸੇ ਪੁਲਿਸ ਅਫਸਰ ਨੇ ਨਹੀਂ ਹੋਣਾ। ਜਿਹੜੀਆਂ ਗੱਲਾਂ ਕਹਿ ਰਹੇ ਨਾ, ਆਫਰ ਕਾਰਡ ਕਹਿ ਰਹੇ ਆ ਵੀ ਮੈਂ ਸਵੇਰੇ ਆਊਂਗਾ, ਮੇਰੇ ਕੋਲ NRI ਆਏ ਆ, ਮੇਰੇ ਗੈਸਟ ਆਏ ਆ, ਮੇਰੇ ਕੋਲ ਮੇਰੇ ਆਹ ਆਏ, ਮੇਰੇ ਕੋਲ ਆਹ ਆਏ। ਮੈਂ ਆ ਕੇ ਮੈਂ ਝੂਠ ਨਹੀਂ ਬੋਲਦਾ, ਮੈਂ ਰੈਡੀਸਨ 'ਚ ਠਹਿਰਿਆ, ਮੇਰੇ ਬੋਸ ਨੇ ਕਿਹਾ ਸੀ ਜਲੰਧਰ ਨਾ ਛੱਡ, ਮੈਂ ਰੈਡੀਸਨ 'ਚ ਠਹਿਰਿਆ। ਕੋਈ ਮੇਰੇ ਨਾਲ ਮਹਿਲਾ ਔਰਤ ਨਹੀਂ ਸੀ, ਮੇਰਾ ਨੇਪਾਲੀ ਨੌਕਰ ਸੀ, ਤੁਸੀਂ ਉਹ ਵੀਡੀਓ ਦੇਖ ਲਓ, ਚੈੱਕ ਕਰ ਲਓ, ਮੇਰੀ ਮਹਿਲਾ ਔਰਤ ਆਈ, ਵਰਦੀ ਚੱਕੀ ਆ ਮੇਰੇ ਨੇਪਾਲੀ ਨੇ, ਮੈਂ ਠਹਿਰਿਆ। 3:30-4 ਵਜੇ ਮੇਰੀ ਜਾਬ ਖੁੱਲ੍ਹੀ, ਮੈਂ ਕਿਹਾ ਮੈਂ ਫਿਰ ਫੋਨ ਕੀਤੇ, ਮੇਰਾ ਫੋਨ ਨਹੀਂ ਕਿਸੇ ਨੇ ਚੱਕੇ। ਫਿਰ ਮੈਂ ਮੁਨਸ਼ੀ ਨੂੰ ਮੈਂ ਕਿਹਾ ਯਾਰ ਮੇਰੀ ਪ੍ਰੈਜੈਂਸ 'ਚ FIR ਲੌਜ ਕਰ, ਮੈਂ ਮੇਰੀ ਰੋਜ਼ ਨਾਮ ਸੀ ਮੁਤਾਬਕ ਮੈਂ ਦੁਬਾਰਾ ਥਾਣੇ ਗਿਆ, ਅਗਰ ਦੇਰ ਮੇਰੀ FIR ਲੌਜ ਹੋਈ ਆ। ਪਰ ਇੱਦਾਂ ਦੀ ਤੁਸੀਂ FIR ਕਦੀ ਦੇਖੀ ਨਹੀਂ ਹੋ ਕਿਸੇ ਨੇ, ਜਿਸ 'ਚ ਇਹ ਲਿਖਿਆ ਹੋਇਆ SHO ਨੇ, ਇਹ ਪੋਲੀਟੀਕਲ ਮੈਟਰ ਆ, ਸਿਆਸੀ ਆ, ਇਹਦੇ 'ਚ ਵੈਰੀ ਕਾਨੂੰਨ ਮੁਤਾਬਕ FIR ਬਣਦੀ, ਮੈਂ ਦਰਜ ਕਰ ਰਿਹਾ। ਜੇ ਇਹਦੇ ਵਿੱਚ ਉਹ ਦੋਸ਼ੀ ਪਾਏ ਜਾਣਗੇ ਤਾਂ ਮੈਂ ਚਲਾਨ ਅਦਾਲਤ ਪੇਸ਼ ਕਰੂੰਗਾ, ਜੇ ਉਹ ਦੇਖਣਾ ਪੈ ਗਏ ਤਾਂ ਮੈਂ ਉਹਨੂੰ ਪਰਚੇ ਨੂੰ ਕੈਂਸਲ ਕਰੂੰਗਾ। ਕਾਂਗਰਸ ਪਾਰਟੀ ਨੂੰ ਇੰਨਾ ਹਾਈਲਾਈਟ ਕਰਨ ਦੀ ਲੋੜ ਹੀ ਨਹੀਂ ਸੀ ਆ ਮੈਟਰ, ਉਹ ਤਾਂ ਲਾਡੀ ਜੀਰੋ ਵਾਲੀ ਇਹਨੂੰ ਬਚਾ ਰਹੀ ਆ, ਕੈਪਟਨ ਬਚਾ ਰਿਹਾ। ਲਾਡੀ ਜੀਰੋ ਵਾਲੀ ਆ ਪਹਿਲਾਂ 9 ਕਰੋੜ ਦੇ ਵਿੱਚ ਟਿਕਟ ਲੈ ਕੇ ਆਇਆ ਸੀ, ਹੁਣ 10 ਕਰੋੜ 'ਚ ਲੈ ਗਿਆ, ਕਿਹਨਾਂ ਦੇ ਰਾਹੀਂ ਲੈ ਕੇ ਆ ਉਹ ਵੀ ਮੈਨੂੰ ਪਤਾ। ਜਿਹੜੀਆਂ ਵੀਡੀਓ ਵਾਇਰਲ ਉਹਦੀਆਂ ਮਾਈਨਿੰਗ ਦੀਆਂ ਹੋਈਆਂ, ਉਹ ਵੀ ਬਾਕੀ ਸ਼ਰਾਬ ਦੇ ਠੇਕੇਦਾਰਾਂ ਨੂੰ ਪੁੱਛੋ ਜਾ ਕੇ, ਮਾਈਨਿੰਗ ਵਾਲਿਆਂ ਨੂੰ ਪੁੱਛੋ ਜਾ ਕੇ, ਲੋਕਾਂ ਨੂੰ ਤਹਿਸੀਲਦਾਰਾਂ ਨੂੰ ਪੁੱਛੋ ਜਾ ਕੇ, ਲਾਡੀ ਜੀਰੋ ਵਾਲੀ ਕਿੰਨੇ ਮਹੀਨੇ ਮੰਗਦਾ, ਪੁਲਿਸ ਕੋਲ ਕਿੰਨੇ, ਮੇਰੇ ਕੋਲ ਵੀ ਮੰਗਦਾ ਸੀ, ਮੈਂ ਨਹੀਂ ਦਿੱਤੇ, ਮੈਂ ਕਿਹਾ ਮੈਂ ਨਹੀਂ ਦੇ ਸਕਦਾ। ਮਦਨ ਲਾਲ ਇੱਕ ਸ਼ਰਾਬ, ਉੱਥੇ ਸ਼ਰਾਬ ਦਾ ਠੇਕੇਦਾਰ ਰਿਹਾ, ਪ੍ਰੋਪਰਟੀ ਡੀਲਰ ਪਹਿਲਾਂ ਅਕਾਲੀਆਂ ਪਾਰਟੀਆਂ 'ਚ ਰਿਹਾ, ਉਹਨੂੰ ਪੁੱਛੋ ਕੀ ਕਿਹਾ ਉਹਨੇ ਪਾਰਟੀ ਨੂੰ। ਕਿੰਨੀਆਂ ਕੁ ਵੀਡੀਓ ਤੁਹਾਨੂੰ ਦੇ ਦਾਂ ਮੈਂ, ਜਿਹੜੀ ਨਾਭੀ ਪੱਗ ਵਾਲੀ ਲਾਡੀ ਦੀ ਵੀਡੀਓ ਵਾਇਰਲ ਹੋਈ ਆ, ਉਹ ਤੁਸੀਂ ਸਾਰੇ ਜਾਣਕਾਰ ਹੋ। ਜਿਹੜਾ ਕਹਿਣ ਡਿਆ ਕਿੰਨੇ ਦਿੰਦੇ ਹੋ, 15 ਦਿਨਾਂ ਬਾਅਦ ਮੈਂ ਲੈਣੇ, ਮਹੀਨੇ ਬਾਅਦ ਨਹੀਂ ਲੈਣੇ, ਅਤੇ ਸਾਡੀ ਕੈਪਟਨ ਸਰਕਾਰ ਨੂੰ ਟਿਕਟ ਦੇ ਰਹੀ ਆ, ਉਹ ਕਿਉਂ ਦੇ ਰਹੀ ਆ? ਰਾਹੁਲ ਜੀ ਦੇ 3 PA, ਰਾਹੁਲ ਨੇ ਵਿਆਹ ਕਿਉਂ ਨਹੀਂ ਕਰਾਇਆ ਅਜੇ ਤੱਕ? ਹੁਣ ਮੈਂ ਲੇਡੀ ਬੈਠੀ ਕੁਛ ਨਹੀਂ ਲੈ ਸਕਦਾ। ਐਕਸ਼ਨ ਮੇਰਾ ਲੜਾਈ, ਮੇਰੀ ਡਿਪਾਰਟਮੈਂਟਲ ਇਨਕੁਆਇਰੀ ਖੋਲ੍ਹੀ ਗਈ ਆ, ਮੈਨੂੰ 5 ਦਿਨ ਦੀ ਛੁੱਟੀ 'ਤੇ ਭੇਜਿਆ ਗਿਆ, ਦਿਸ ਇਜ਼ ਵਾਟ ਆਈ ਐਮ। ਪਰ ਮੈਨੂੰ ਇੰਨਾ ਕੁ ਪਤਾ ਵੀ ਕਾਂਗਰਸ ਸਰਕਾਰ ਰਹਿਣੀ ਹੈਗਾ 30 ਤੱਕ ਚੋਣ ਜਾਬਤਾ, ਬਾਅਦ 'ਚ ਇਹਨਾਂ ਨੇ ਮੇਰੇ ਖਿਲਾਫ਼ ਕੀ ਕਰਨਾ? ਕੈਪਟਨ ਸਾਹਿਬ ਤੁਸੀਂ ਦੇਖ ਹੀ ਰਹੇ ਹਾਂ, ਜਾਖੜ ਸਾਹਿਬ ਤੁਸੀਂ ਦੇਖ ਹੀ ਰਹੇ ਹੋ, ਮੇਰੇ ਭੈਣੋ ਭਰਾਓ ਕੀ ਕਹਿ ਰਹੇ ਆ? ਕੋਰਟ ਹੈ, ਲਿਟੀਗੇਸ਼ਨ ਹੈ, ਕੋਈ ਨਹੀਂ, ਮੈਨੂੰ ਕੱਢ ਦੇਣ ਨੌਕਰੀ ਤੋਂ, ਮੈਂ ਤਾਂ ਰਿਜ਼ਾਈਨ ਦੇ ਚੁੱਕਾ ਹਾਂ ਪਹਿਲਾਂ ਹੀ SSP ਨੂੰ, ਕੱਢ ਦੇਣ। ਮੈਂ ਪੋਲਿਟਿਕਸ ਸਟੈਂਡ ਕਿੱਥੇ ਹੋਏਗਾ, ਤੁਸੀਂ ਕਿੱਥੇ ਸਟੈਂਡ ਕਰਦੇ ਹੋ? ਮੈਂ ਪੋਲਿਟਿਕਸ, ਮੈਂ ਰਿਜ਼ਾਈਨ, ਤੁਸੀਂ ਫਾਈਟ ਨਹੀਂ ਕਰੋਗੇ? ਤੁਸੀਂ ਚਾਹੁੰਦੇ ਹੋ ਤਾਂ ਮੈਂ ਕਰੂੰਗਾ, ਜੇ ਤੁਸੀਂ ਮੇਰੇ ਨਾਲ ਹੋ ਸਾਰੇ, ਆਈ ਵਿਲ ਫਾਈਟ। ਪਬਲਿਕ ਨੂੰ, ਮੈਂ ਪਬਲਿਕ ਨੂੰ ਵੇਖ ਕਰੋ, ਜਾਗਰਤ ਕਰੋ, ਜਿਹੜੀ ਇਲੈਕਸ਼ਨ ਚੋਣ ਹੋ ਰਹੀ ਆ ਸ਼ਾਹਕੋਟ ਦੀ ਵਿੱਚ, ਲਾਡੀ ਜੀਰੋ ਵਾਲੀਆਂ ਨੂੰ ਟਿਕਟਾਂ ਪਾ ਕੇ ਉਹ ਜੇ ਕੋਈ ਲੋਕਾਂ ਨੇ ਜਿਤਾਉਣਾ ਆ ਤਾਂ ਜਿਤਾ ਲੈਣਾ, ਮੈਨੂੰ ਕੋਈ ਇਤਰਾਜ਼ ਨਹੀਂ ਗਾ। ਮੈਂ ਤਾਂ ਆਪਣਾ ਅਸਤੀਫਾ ਦੇ ਚੁੱਕਾ, ਮੈਨੂੰ ਲੋੜ ਹੀ ਨਹੀਂ ਨੌਕਰੀ ਦੀ, ਮੈਨੂੰ ਆਈ ਡੋਂਟ ਨੀਡ ਦਿਸ ਜੋਬ, ਮੈਨੂੰ ਜੋਬ ਦੀ ਲੋੜ ਨਹੀਂ ਗੀ। ਮੇਰੀ 40 ਕਿੱਲੇ ਮਾਲਕੀ ਜ਼ਮੀਨ ਆ, ਮੇਰੀਆਂ ਮਾਰਕੀਟ ਬਾਜਵਾ ਮਾਰਕੀਟ ਆ ਕਪੂਰਥਲੇ, ਮੇਰੇ ਕੋਲ ਹੋਰ ਪ੍ਰੋਪਰਟੀ, ਮੇਰਾ ਸਾਰਾ ਟੱਬਰ ਕੈਨੇਡਾ ਬੈਠਾ, ਉੱਥੇ ਮੀਰ ਫੈਮਿਲੀ ਆ, ਮੇਰੀ ਮਾਂ ਬੁੱਢੀ 80 ਸਾਲ ਦੀ ICU 'ਚ ਆ, ਗੁਰਮੀਤ ਬਾਜਵਾ, ਮੈਨੂੰ ਭਰਾ ਮੇਰਾ ਕਹਿ ਰਿਹਾ ਆ ਜਾ ਮਰ ਜਾਣੀ ਆ, ਉਹਦਾ ਬੋਲ ਨਹੀਂ ਰਹੀ, ਉਹ ਤੇਰੀ
ਕਿਤੇ ਦੀ ਟੈਨਸ਼ਨਾਂ ਕਰਕੇ ਉਹ ਦਾਖਲ ਆ ਹੋਸਪਿਟਲ ਦੇ ਵਿੱਚ, ਪਰ ਮੈਂ ਆਹ ਜਿਹੜੀ ਤੁਸੀਂ ਕਹਿ ਰਹੇ ਫਾਈਟ 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 ਫਾਈਟ, ਮੈਂ ਉਹਨੂੰ ਕਿਹਾ ਮੈਂ ਨਹੀਂ ਆਉਣਾ ਜੇ ਮਰ ਗਈ ਇਹਦੀਆਂ ਅਸਥੀਆਂ ਲੈ ਇੱਥੇ ਵੱਡਾ ਕਾਇਰ ਹੋਏਗਾ, ਉਹਦੀ ਉਮਰ 80 ਸਾਲ ਦੀ ਆ, ਉਹ ਟੈਨਸ਼ਨ 'ਚ ਮਰ ਜੂਗੀ ਉਹ, ਕੋਈ ਨਹੀਂ। ਭਰਾ ਨੂੰ ਮੈਂ ਕਹਿ ਦੀਆਂ, ਮੇਰਾ ਇੱਕ ਭਰਾ ਅੱਗੇ ਮਰਿਆ ਸੀ, ਉਹਦੀਆਂ ਅਸਥੀਆਂ ਲੈ ਕੇ ਆਈ ਸੀ ਮੇਰੀ ਭਾਬੀ, ਮੇਰੀ ਭਤੀਜੀ ਭਤੀਜਾ ਆਨੰਦਪੁਰ ਸਾਹਿਬ ਤੋਂ ਆਈਆਂ ਸੀ। ਮੈਂ ਕਿਹਾ ਜੇ ਮੇਰੀ ਮੇਰੇ ਵੀਜ਼ੇ ਲੱਗੇ ਆ, ਮੇਰੀ ਫੈਮਿਲੀ ਦੇ ਪੰਜਾਬ, ਮੈਂ ਕਿਹਾ ਨਹੀਂ ਆਉਣਾ ਮੈਂ। ਜਿਹੜੀ ਤੁਸੀਂ ਆਹ ਗੱਲ ਕਹਿ ਰਹੇ ਨਾ ਫੇਸ ਆਮ ਫੇਸ, ਗੁਰਦਾਰ ਸਿੰਘ ਐਸ ਪੀ ਉਹ ਵੀ ਲੈ ਕੇ ਗਿਆ ਡੱਬੀਆਂ ਪਾ ਕੇ। ਹੁਣ ਤੁਸੀਂ ਇੱਕ ਨਿਊਜ਼ ਅੱਜ ਦੀ ਨਹੀਂ ਪੜ੍ਹੀ ਸ਼ਾਇਦ, ਦਿਲਪ੍ਰੀਤ ਗੈਂਗਸਟਰ ਅਤੇ ਦੂਜਾ ਉਹ ਰਿੰਦਰ ਰੈਣਾ, 21 ਤਰੀਕ ਨੂੰ ਮੈਂ ਹਾਈਕੋਰਟ ਦੀ ਰਿੱਟ ਆਪਣੀ ਦੇ ਸੰਬੰਧ 'ਚ ਗਿਆ ਸੀ, ਉੱਥੇ ਢਾਬੇ 'ਚ ਰੋਟੀ ਖਾਣ ਰਿਹਾ ਸੀ ਬੱਸ ਸਟੈਂਡ 'ਤੇ। ਆਹ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਸਾਰਿਆਂ ਨੂੰ ਵਟਸਐਪ 'ਤੇ, ਉੱਥੇ ਦੇ ਪ੍ਰੈਸ ਰਿਪੋਰਟਰ ਨੇ ਉਹਦੇ ਕੋਲ ਨਿਊਜ਼ ਗਈ। ਮੈਂ ਉੱਥੇ ਦੇ ਇੰਸਪੈਕਟਰ ਮਨਜੋਤ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਤੇਰੇ ਗੈਂਗਸਟਰ ਜਿਨ੍ਹਾਂ ਨੇ ਅਟੋਲ ਨਾਲ ਅਟੋਲ ਰਾਣਾ ਸਿੰਗਰ ਨੂੰ ਗੋਲੀਆਂ ਮਾਰੀਆਂ, 40 ਲੱਖ ਦੀ ਟਿਕੇਤੀ ਕੀਤੀ, 4 ਜੱਜਾਂ ਨੂੰ ਹਾਈ, ਮੈਂ ਕਿਹਾ ਬੈਠੇ ਆ ਮੇਰੇ ਸਾਹਮਣੇ, ਮੈਂ ਮਾਰਦਾ ਇਹਨਾਂ ਨੂੰ। ਕਹਿੰਦਾ ਤੇਰੇ ਕੋਲ ਵੈਪਨ ਕਿੰਨੇ ਆ? ਮਨਜੋਤ ਇੰਸਪੈਕਟਰ, ਮੈਂ ਕਿਹਾ ਮੇਰੇ ਕੋਲ 2 ਵੈਪਨ ਨੇ ਮੇਰੇ ਡੱਬ 'ਚ ਆ। ਮੈਂ ਕਿਹਾ 4 ਜਣੇ ਬਾਹਰ ਆ। ਕਹਿੰਦਾ ਜਿਹੜੇ 2 ਜਣੇ ਇਹਨਾਂ ਨੇ ਤੈਨੂੰ, ਤੂੰ ਇਹਨਾਂ ਨੂੰ ਮਾਰ ਦੇਗਾ, ਜਿਹੜੇ 4 ਬਾਹਰ ਆ ਤੈਨੂੰ ਮਾਰਨਗੇ। ਭਾਅ ਜੀ ਬਾਹਰ ਹੋ ਜਾਓ, ਕੜੀ ਚੌਲ ਦੇ ਆਰਡਰ ਹੋਏ ਸੀਗੇ। ਆਪਣਾ ਗਨਮੈਨ ਮੈਂ ਬਾਹਰ ਫੋਨ ਕਰਕੇ ਸੱਦਿਆ, ਕਹਿੰਦਾ ਸਰ ਕੜੀ ਚੌਲ ਖਾ ਲੈਣ ਦਿਓ ਕੁਲਦੀਪ ਸਿੰਘ। ਮੈਂ ਕਿਹਾ ਪੁੱਤ ਬਾਹਰ ਆ ਜਾ। ਮੈਂ ਉੱਥੇ ਉਸ ਆਪਰੇਸ਼ਨ ਨੂੰ ਵਾਚ ਕੀਤਾ, ਕੋਈ ਅਮਨਜੋਤ ਨੇ ਫੋਨ ਬੰਦ ਕਰਤਾ ਇੰਸਪੈਕਟਰ ਨੇ। ਮੈਂ ਕੰਟਰੋਲ ਚੰਡੀਗੜ੍ਹ 'ਤੇ 21:22 ਦੀ ਦਰਮਿਆਨੀ ਰਾਤ ਨੂੰ ਕੰਟਰੋਲ ਰੂਮ 'ਤੇ ਪਰਮਿੰਦਰ ਸਿੰਘ ਬਾਜਵੇ ਦੇ ਫੋਨ ਦੇਖੋ ਕਿੰਨੇ ਕੁ ਗਏ। ਕੰਟਰੋਲ ਵਾਲੇ ਨੂੰ ਮੈਂ ਕਿਹਾ SSP ਜਿਹੜੀ ਸਾਡੀ ਲੇਡੀ ਆ ਨਾ, ਮੇਰੀ ਗੱਲ ਕਰਾਓ, ਯਾਰ ਇੱਥੇ ਪੁਲਿਸ ਪਾਰਟੀ ਭੇਜੋ, ਇਹਨਾਂ ਨੂੰ ਫੜ ਲਓ ਬੰਦਿਆਂ ਨੂੰ, ਦਿਲਪ੍ਰੀਤ ਜਿਹੜਾ ਗਿੱਲ ਅਤੇ ਰਿੰਦਰ ਰੈਣਾ ਟੈਰਿਸਟ ਹੀ ਆ, ਹੁਣ ਗੈਂਗਸਟਰਾਂ ਨੂੰ ਟੈਰਿਸਟ ਤੁਸੀਂ। ਉਹ ਤੋਂ ਬਾਅਦ ਉਹ ਕਹਿੰਦੇ ਜੀ ਆ ਜਸਵਿੰਦਰ ਸਿੰਘ, ਇੱਕ DSP ਨਾਲ ਗੱਲ ਕਰੋ, SSP ਰਾਤ ਨੂੰ ਫੋਨ ਨਹੀਂ ਅਟੈਂਡ ਕਰਦੀ। ਜਸਵਿੰਦਰ ਸਿੰਘ ਇੰਸਪੈਕਟਰ ਦਾ, DSP ਦਾ ਮੈਨੂੰ ਨੰਬਰ ਦਿੱਤਾ, ਮੈਂ ਉਹਨੂੰ ਗੱਲਾਂ ਕੀਤੀਆਂ, ਮੇਰੇ ਫੋਨ ਨਹੀਂ ਚੱਕੇ। ਫਿਰ ਕੰਟਰੋਲ ਵਾਲਿਆਂ ਨੂੰ ਮੈਂ ਕਿਹਾ ਤੁਹਾਡਾ DSP ਮੇਰੇ ਫੋਨ ਨਹੀਂ ਚੱਕਣ ਡਿਆ। ਉਹ ਕਹਿੰਦੇ, ਫਿਰ ਉਹਨੂੰ ਉਹਨਾਂ ਨੇ ਕਿਹਾ ਹੋਣਾ ਵੀ ਤੈਨੂੰ ਇੰਸਪੈਕਟਰ ਫੋਨ ਕਰਨ ਡਿਆ। ਫਿਰ ਮੈਨੂੰ ਕਹਿੰਦਾ ਹਾਂ ਕੀ ਆ, ਕੀ ਆ, ਕੌਣ ਆ, ਕੀ ਬੋਲਦਾ? ਮੈਂ ਕਿਹਾ ਤੇਰੇ ਆ 2 ਗੈਂਗਸਟਰ ਬੈਠੇ ਆ ਕੇ ਪੜ ਲਾ, ਮੈਂ ਬਾਹਰ ਆ ਵਾਚਿੰਗ। 4 ਜਣੇ ਗੱਡੀ 'ਚ ਬੈਠੇ, 2 ਜਣੇ 43 ਸੈਕਟਰ ਦੇ ਢਾਬਾ ਜਿਹੜਾ 24 ਘੰਟੇ ਖੁੱਲ੍ਹਾ ਰਹਿੰਦਾ ਉਹ 'ਚ ਬੈਠੇ ਆ। ਕਹਿੰਦਾ ਮੈਂ ਆਉਣਾ, ਘੰਟਾ ਨਹੀਂ ਆਇਆ। ਕਹਿੰਦਾ ਮੇਨ ਟਾਈਮ ਫੋਨ ਫਾਨ ਹੋਏ, ਉਹ ਪਿੱਛੋਂ ਦੀ ਡਰਾਈਵਰ ਗੱਡੀ 'ਚ ਨਿਕਲ ਗਏ, ਜਿਹੜੇ ਮੁਰਲੇ 4 ਨਿਕਲ ਗਏ। DSP ਸਾਹਿਬ ਆਏ, DSP ਸਾਹਿਬ ਮੈਨੂੰ ਕਹਿੰਦੇ ਕਿ ਤੂੰ ਕੀ ਯਾਰ, ਤੂੰ ਕਿਹੜੇ ਬੈਚ ਦਾ? ਮੈਂ ਕਿਹਾ ਮੈਂ 96 ਬੈਚ ਦਾ। ਕਹਿੰਦਾ ਮੈਂ 89 ਬੈਚ ਦਾ, ਤੂੰ ਮੇਰਾ ਬਣਾਉਣ ਡਿਆ, ਤੂੰ ਪੁਲਿਸ ਨੂੰ ਭੈਣ 'ਚ ਤੰਗ ਕਰਨ ਡਿਆ, ਤੂੰ ਆਹ ਕਰਨ ਡਿਆ, ਤੂੰ ਉਹ ਕਰਨ ਡਿਆ। ਉਹ ਮੈਂ ਕਿਹਾ ਜਾਓ ਗੁਰੂ ਜੀ, ਮੈਂ ਚੱਲਾਂ। DSP ਕੌਣ ਸੀ? ਜਸਵਿੰਦਰ ਸਿੰਘ, ਕ੍ਰਾਈਮ ਬ੍ਰਾਂਚ ਚੰਡੀਗੜ੍ਹ ਨੇ ਆਹ ਕੁਛ ਕੀਤਾ। ਮੇਰਾ ਗਨਮੈਨ ਸ਼ਿਵਾਲਿਕ ਵਿਊ 'ਚ ਮੈਂ ਠਹਿਰਿਆ ਸੀਗਾ। ਮੇਰਾ ਗਨਮੈਨ ਕਹਿੰਦਾ ਸਰ 2 ਵੱਜ ਗਏ ਹੁਣ ਜਾ ਕੇ, 2:30 ਆਪਾਂ ਸੋਈਏ। ਮੈਂ ਕਿਹਾ ਯਾਰ ਬੇਟਾ ਮੇਰਾ ਜ਼ਮੀਰ ਅਲਾਓ ਨਹੀਂ ਕਰਦਾ, ਆਪਾਂ ਜਲੰਧਰ ਚੱਲੀਏ, ਠੀਕ ਨਹੀਂ ਗੇ, ਵੀ ਆਰ ਨੋਟ ਸੇਫ। ਉਹੀ ਗੱਲ ਹੋਈ, ਮੈਂ ਆਪਣੇ ਘਰ ਕਪੂਰਸ ਲਿਆ ਗਿਆ। ਅਗਲੇ ਦਿਨ 2 ਗਨਮੈਨ ਮੈਂ ਆਪਣੇ ਭੇਜੇ ਵੀ, ਜੋ ਬੇਟਾ ਉੱਥੇ ਰੂਮ 'ਚ ਸਮਾਨ ਪਿਆ ਚੱਕ ਲਿਓ। ਉਹ ਸਮਾਨ ਲੈਣ ਗਏ ਤਾਂ ਉੱਥੇ ਉਹਨਾਂ ਨੇ ਹੋਟਲ ਵਾਲਿਆਂ ਨੇ ਦੱਸਿਆ ਵੀ ਇੱਕ DSP ਅਤੇ ਇੰਸਪੈਕਟਰ ਹੋ ਗਈ ਅਮਨਜੋਤ, DSP 25 ਪੁਲਿਸ ਵਾਲੇ ਲੈ ਗਏ ਮੈਨੂੰ ਚੱਕਣ ਗਏ ਉੱਥੇ। ਗੈਂਗਸਟਰ ਸਮੈਕੀ ਹੁੰਦੇ ਆ, ਕੌਣ ਹੁੰਦੇ ਆ, ਸੁੱਖਾ ਕਾਲਵਾਂ ਕੀ ਸੀ, ਆਹ ਜਿਹੜਾ 2 ਮਾਰੇ ਆ ਬਾਅਦ ਦੇ ਵਿੱਚ, ਇਹ ਕੀ ਸੀ? ਗੈਂਗਸਟਰ ਕੀ ਹੁੰਦੇ ਆ ਬੇਸਿਕਲੀ, ਕੀ ਹੁੰਦੇ ਆ? ਇੱਕ ਉਹ ਹੁੰਦੇ ਆ ਚਿੱਟਾ ਪ੍ਰੇਮਾ ਲਾਉਂਦੀਆਂ, ਇਹ ਕਿਹਦੇ ਚੇਲੇ ਸੀਗੇ? ਸੁੱਖਾ ਕਾਲਵਾਂ ਕਿਹਦਾ ਚੇਲਾ ਸੀ? ਸ਼੍ਰੀ ਅਵਤਾਰ ਹੈਨਰੀ ਜੀ। ਉਹ ਇੱਕ ਲੰਮਾ ਜਿਹਾ ਸੂਰਜ ਲਹੋਰੀਆ ਕੌਣ ਆ? ਅਵਤਾਰ ਹੈਨਰੀ ਜੀ, ਤੁਹਾਡੇ ਕਾਂਗਰਸ ਦੇ ਲੀਡਰ, ਇਹੀ ਨਾ
ਵਿੱਕੀ ਗੋਡਰ ਪ੍ਰੇਮਾ ਲੋਹੀਆ ਜਿਹੜਾ ਸੀਗਾ ਉਹ ਬਰਾੜ ਬਣਿਆ ਨਾਇ ਮੇਰਾ 2002 ਬੈਚ ਦਾ ASI ਆ ਉਹਨਾਂ ਦਾ ਉਹਦੇ ਫਰੈਂਡ ਸੀਗੇ ਉਹਨੂੰ ਕਿਸੇ ਅਫਸਰ ਨੇ ਕਿਹਾ ਸੀ ਇਹਨਾਂ ਨੂੰ ਮਾਰ ਦੇ ਮੈਂ ਤੈਨੂੰ DSP ਬਣਾ ਦੂੰਗਾ ਉਹ ਪਿੱਠ ਕੰਧਾਂ ਟੱਪ ਭੱਜਦੇ ਮਾਰੇ ਗਏ ਉਹ ਇਹਨਾਂ ਦਾ ਫੜੇ ਇਹਨਾਂ ਚਿਰ ਪੁਲਿਸ ਲੱਭਦੀ ਰਹੀ ਉਹ ਫੜੇ ਨਹੀਂ ਗਏ ਫਿਰ ਰਾਜਸਥਾਨ ਤੋਂ ਕਿੱਦਾਂ ਫੜੇ ਗਏ ਉਹ ਛਾਤੀਆਂ 'ਚ ਗੋਲੀਆਂ ਕਿੱਦਾਂ ਉਹ ਛਾਤੀਆਂ ਥੋੜ੍ਹਾ ਵੱਜੀਆਂ ਉਹਨਾਂ ਦੇ ਕੰਧਾਂ ਟੱਪਦਿਆਂ ਦੇ ਪਿੱਛੋਂ ਮਾਰੀਆਂ ਪੁਲਿਸ ਨੇ ਉਹ ਚੌਕੇ ਉਹ ਇੱਦਾਂ ਹੋਇਆ ਸੀਗਾ ਉੱਥੇ ਨਾ ਮੌਕੇ 'ਤੇ SDM ਗਈ ਉਹ ਲੇਡੀ ਮੈਂ ਗਿਆ ਉੱਥੇ ਗਿਆ ਉੱਥੇ ਖੱਡਾਂ ਹੈਗੀਆਂ ਉਹ ਗੋਗੇ ਏਰੀਏ ਦੀਆਂ ਅਤੇ ਮਾਈਨਿੰਗ ਹੋ ਰਹੀ ਆ ਸ਼ਾਹਕੋਟ ਦੇ ਏਰੀਏ 'ਚ ਰਾਮੇ ਤਾਰਪੁਰ ਪਿੰਡ ਦੀ ਉੱਥੇ ਨਿਸ਼ਾਨਦੀ ਕਰਾਈ ਗਈ ਨਿਸ਼ਾਨਦੀ ਦੇ ਵਿੱਚ 6 ਕਿੱਲੇ ਜ਼ਮੀਨਾਂ ਦੇ ਵਿੱਚ ਪਾਣੀ ਚੱਕ ਪਾਣੀ ਕੱਢਤਾ ਥੱਲੇ ਇੰਨੀ ਕੁ ਮਾਈਨਿੰਗ ਹੋਈ ਇਲੀਗਲ ਉੱਥੇ ਬੰਦੇ ਖੜ੍ਹੇ ਸੀਗੇ ਉਹ ਕਹਿੰਦੇ ਜੀ ਇਹ KBM ਕੰਟਰੈਕਟਰ ਕੋਈ ਮੋਹਨਵੀਰ ਆ ਕੋਈ ਉਹ ਵੀ ਕਾਂਗਰਸੀ ਲੀਡਰ ਆ ਉੱਥੇ ਦਾ ਲੁਧਿਆਣੇ ਦਾ ਮੋਹਨਵੀਰ ਪਲੱਸ ਉਹਦੇ ਨਾਲ ਇੱਕ ਹੈਗਾ ਕੋਈ ਕੀ ਢਿੱਲੋਂ ਕੁਸ਼ਲਦੀਪ ਯੈਸ ਇਹਨਾਂ ਦਾ ਉਹ ਕਹਿੰਦੇ ਜੀ ਇਹਨਾਂ ਨੇ ਇਹ ਆ ਬੈਕ 'ਤੇ ਲਾਡੀ ਸ਼ੁਰੂ ਵਾਲੀ ਆ ਫਿਰ ਮੈਨੂੰ ਉਦੋਂ ਵੀ ਇਹ ਹੁਕਮ ਹੋਇਆ DC ਸਾਹਿਬ ਦਾ ਵੀ ਇਹ ਪਰਚਾ ਨਾ ਉੱਤੇ ਦੇ ਦਿਓ ਅਨਨੋਨ ਪਰਸਨ 'ਤੇ ਮੈਂ ਕਿਹਾ ਅਨਨੋਨ ਪਰਸਨ 'ਤੇ ਕਿਉਂ ਦਈਏ ਪਰਚਾ ਤਦ ਇਹ ਲੋਕ ਰੌਲਾ ਪਾਉਣ ਡੇ ਆ ਪਬਲਿਕ ਪਾ ਰਹੀ ਮੈਂ ਉਹ ਮਾਈਨਿੰਗ ਨਰਿੰਦਰ ਇੱਕ ਮਾਈਨਿੰਗ ਅਫਸਰ ਆ ਉਹਨੂੰ ਸੱਦਿਆ ਮੈਂ ਕਿਹਾ ਵੀ ਯਾਰ ਲਿਖ ਕੇ ਦੇ ਯਾਰ ਉਹਨੂੰ ਪਿਆਰ ਨਾਲ ਫਸਲਾ ਕੇ ਮੈਂ ਕਿਹਾ ਲਿਖ ਵੀ ਉੱਥੇ ਮੌਕੇ 'ਤੇ ਗਏ ਸੀ ਨਿਸ਼ਾਨਦੀ ਹੋਈ ਸੀ ਪਟਵਾਰੀ ਕਾਨੂੰ ਉਹ ਫਲਾਨਾ ਆਇਆ ਸੀ ਉੱਥੇ ਆਹ ਬੰਦੇ ਨੰਬੜਦਾਰ ਫਲਾਨਾ ਸਰਪੰਚ ਫਲਾਨਾ ਆਹ ਹਾਜ਼ਰ ਸੀ ਉਹਨਾਂ ਨੇ ਇਹ ਕਿਹਾ ਵੀ ਆਹ ਜਿਹੜੀ KBM ਕੰਟਰੈਕਟਰ ਅਤੇ ਜਿਹੜਾ ਬਰਜਿੰਦਰ ਸਿੰਘ ਇਹਨਾਂ ਨੇ ਇਹ ਐਂ ਕੋਲ ਲਿਖਾ ਲਿਆ ਮੈਂ ਲਿਖਾ ਕੇ ਕਾਰਵਾਈ ਕੀਤੀ ਜਾਵੇ ਉਹਨੂੰ ਚਾਹ ਪਲਾਈ ਮੈਂ ਕਿਹਾ ਜਾਓ ਭਾਅ ਜੀ ਤੁਸੀਂ ਸੁਣੋ ਕੀ ਹੋਇਆ ਕਿਆ ਤੂੰ ਬਾਈ ਨੇ ਮੈਂ FIR ਨਹੀਂ ਕਰਾਉਣੀ ਸੀ ਤੂੰ SHO ਨੂੰ ਕਿਉਂ ਲਿਖ ਕੇ ਦਿੱਤਾ ਜੀ ਮੈਂ ਕਿਹਾ ਭਰਾ ਮੇਰਿਆ ਹੁਣ ਤਾਂ ਉਹ ਨੈੱਟ 'ਤੇ ਚੜ੍ਹ ਗਈ ਉੜ ਗਈ ਨਿਕਲ ਗਈ ਉਹਦੀ ਇਨਵੈਸਟੀਗੇਸ਼ਨ ASI ਲਾਭ ਸਿੰਘ ਕਰ ਰਿਹਾ ਸਟੇਟਸ ਉਹਦਾ ਇਹ ਆ ਵੀ ਉਹ ਫਾਈਲ ਜਿਹੜੀ ਆ ਸ਼੍ਰੀ ਬਲਕਾਰ ਸਿੰਘ SPD ਸਾਹਿਬ ਨੇ ਮੰਗਾ ਕੇ ਰੱਖ ਲਈ ਬੰਦਾ ਨਹੀਂ ਫੜਨਾ ਉਹ 'ਚ ਮੈਨੂੰ ਉਸ ਕੰਮ 'ਚ ਇੰਨੇ ਕੁ ਦਬਕੇ ਝਟਕੇ ਪਏ ਵੀ ਤੂੰ ਇਹ ਕੀ ਕੀਤਾ ਕਿਹਦੇ ਤੋਂ ਲਾਡੀ ਸ਼ੇਰੋ ਵਾਲੀ ਆ ਜਿਹਦਾ ਬੋਲਿਆ ਸੀ ਵਿਕਰਮ ਜਿਹੜਾ ਫਲੋਰ ਵਾਲਾ ਮਾਰਿਆ ਚੌਧਰੀ ਇੱਧਰੋਂ ਇਹ ਕੀ ਕਰਤਾ ਤੂੰ ਇਹ ਕੀ ਕਰਤਾ ਮੈਂ ਕਿਹਾ ਮਾਈਨਿੰਗ ਵਾਲੇ ਨੇ ਕਰਾਇਆ ਪਰਚਾ ਮੈਂ ਤਾਂ ਦਿੱਤਾ ਹੀ ਨਹੀਂ ਜਿਹੜਾ ਹੁਣ ਕਹਿ ਰਹੇ ਨਾ ਵੀ SHO ਨੇ ਸਿੱਧਾ ਕਿੱਦਾਂ ਦੇ ਦਿੱਤਾ ਉਦੋਂ ਮਾਈਨਿੰਗ ਵਾਲੇ ਵਾਲਾ ਕਰਾਇਆ ਉਹਦਾ ਕੀ ਬਣਿਆ ਪੁੱਛੋ ਇਹਨਾਂ ਨੂੰ ਪੁੱਛੋ ਉਹ FIR ਦਾ ਕੀ ਬਣਿਆ KBM ਕੰਟਰੈਕਟਰ ਜਿਹੜੇ ਆ ਉਹ ਕਿਉਂ ਨਹੀਂ ਫੜੇ ਵਰਿੰਦਰ ਸਿੰਘ ਨੂੰ ਕਿਉਂ ਨਹੀਂ ਫੜੇ ਬਲਕਾਰ ਸਿੰਘ ਨੂੰ ਪੁੱਛੋ ਵੀ ਤੂੰ ਫਾਈਲ दोस्तों इस वीडियो को पूरा देखने के बाद अगर वीडियो अच्छा लगे तो लाइक और कमेंट जरूर करें और अगर आप इस चैनल के सब्सक्राइबर नहीं हैं और आगे भी ऐसे ही वीडियोस देखना चाहते हैं तो चैनल को सब्सक्राइब कर बेल आइकन को जरूर से प्रेस करें।